ਜਿਹੜੀ ਧੀ ਧੀ ਆਣੀ ਪੜ੍ਹੀ ਲਿਖੀ ਆ ਉਹਨੂੰ 52000 ਦੀ ਸਕੈਨ ਸਕੀਮ ਕਿਉਂ ਦੇਈ ਜਾਂਦੇ ਆ 52000 ਦੀ ਸਕੈਨ ਸਕੀਮ ਕਿਉਂ ਦਿੰਦਾ ਸੁਖਬੀਰ ਬਾਦਲ ਚੁੱਪ ਕਰਕੇ 31000 ਦੀ ਨੌਕਰੀ ਦੇਣ ਦਿੰਦੇ ਆ 31000 ਦੀ ਨੌਕਰੀ ਇਹਨਾਂ ਨੂੰ ਪਤਾ 52000 ਦੇ ਤੇ ਕਰ ਚੋਂ ਪੁਲਿਸ ਕੇ ਛੜਦਾਂਗੇ ਬਸ ਹੁਣ ਇਹ ਕਹਿੰਦੇ ਕੌਣ ਬਿਜਲੀ ਫ੍ਰੀ ਦੇਵਾਂਗੇ ਜ਼ੋਰ ਜਿਹਾ ਲਾ ਕੇ ਬੋਲਦਾ ਸੁਖਬੀਰ ਬਾਦਲ ਬਿਜਲੀ ਫ੍ਰੀ ਤਾਂ ਦੇ ਦੇਣਗੇ ਇਹਨੂੰ ਪੁੱਛੋ ਸਾਨੂੰ 40000 ਦੀ ਨੌਕਰੀ ਦੇ ਦੇ 40000 ਦੇ ਵਿੱਚ ਤੁਸੀਂ 4-4000 ਰੁਪਏ ਬਿੱਲ ਦੇ ਦਾਂਗੇ ਪਿਛੇ 36 ਹਰ ਬਚੂਆ ਜਿਹੜਾ ਆਟਾ ਰਾਛਨ ਦਾਲ ਦੀਆਂ ਗੱਲਾਂ ਕਰਦੇ ਆਏ ਉਹਦੇ ਵਿੱਚੋਂ ਅਸੀਂ 10000 ਰੁਪਏ ਦਾ ਆਟਾ ਰਾਛਨ ਦਾਲ ਲਿਆਵਾਂਗੇ ਅੱਜ ਲੋਕਾਂ ਦਾ ਪਨੀਰ ਖਾਣ ਨੂੰ ਜੀ ਕਰੇ ਕੋਈ ਦਾਣੇ ਦੇ ਨਾਲ ਪਨੀਰ ਆ ਜਾਂਦਾ ਕਦੇ ਆਇਆ ਕਿਤੇ ਪਨੀਰ ਤੁਹਾਡੇ ਪਿੰਡਾਂ ਦੇ ਵਿੱਚ ਵੀ ਰਾਛਨ ਵੰਡਿਆ ਜਾਂਦਾ ਹੋਣਾ ਨਹੀਂ ਉਹ ਕਦੇ ਨਹੀਂ ਹੋਣਾ ਇਸ ਕਰਕੇ 10000 ਰੁਪਏ ਤੋਂ ਉਹਦੇ ਵਿੱਚੋਂ ਆਟਾ ਰਾਛਨ ਦਾਲ ਕੱਢੋ ਪਿੱਛੇ ਬਚੂਗਾ ਤੁਹਾਡੇ ਕੋਲ ਕਿੰਨਾ ਬਚਿਆ 26000 26000 ਦੇ ਵਿੱਚੋਂ ਤੁਸੀਂ 3000 ਰੁਪਏ ਦੁੱਧ ਦਾ ਖਰਚਾ ਕੱਢ ਦੋ ਜੇ ਕੋਈ ਬੰਦਾ ਪੀਂਦਾ ਚਾਹ ਵਾਣਾ ਕਿ ਡੇਲੀ ਦੇ ਕਿਲੋ ਦੁੱਧ ਪੀਂਦਾ ਤਾਂ ਸੋ ਉਹਦਾ ਦਿੱਲੀ ਦਾ ਦੁੱਧ ਆ ਜਾਂਦਾ ਘਰੇ ਕਿਲੋ ਇੱਕ ਡੰਗ ਦਾ ਕਿਲੋ ਇੱਕ ਡੰਗ ਦਾ 3000 ਰੁਪਏ ਉਹਦਾ ਕੱਢ ਦੋ 3000 ਰੁਪਏ ਕੋਈ ਇਹਨਾਂ ਦੇ ਘਰੇ ਕੋਈ ਮਦਦ ਵਾਲਾ ਹੁੰਦਾ ਕੋਈ ਦੱਸ ਦੇ ਦਿੰਦਾ ਕੋਈ 20 ਦਿੰਦਾ 3000 ਰੁਪਏ ਉਧਰ ਜਾ ਵਰਦਾ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਖਤਮ ਹੋ ਜਾਂਦਾ ਉਹ ਪਿੱਛੇ ਬਚਿਆ 20000 ਰੁਪਿਆ 20000 ਦੇ ਵਿੱਚੋਂ ਜਿਹੜੇ ਕਹਿੰਦਾ ਸੀ ਕਮਰੇ ਦੇਣੇ ਆ ਫਲਿਚਾ ਦੇਣੀਆਂ ਕਿਸੇ ਨੂੰ ਮਿਲਦੀਆਂ ਨਹੀਂ ਆ ਉਹ ਇਹਨਾਂ ਦੇ ਲੀਡਰਾਂ ਨੂੰ ਮਿਲਦੀਆਂ ਉਹਦੇ ਵਿੱਚੋਂ ਲੋਕੀ ਜਦੋਂ ਲੋਕਾਂ ਕੋਲ ਪੈਸਾ ਆਊਗਾ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੋਣਗੇ ਅੱਜ ਕੋਠੇ ਕਾਂਜ ਕੋਠੀਆਂ ਮੰਗਦੇ ਆ ਸਾ ਕੋਠੇ ਦੇ ਦਿਓ ਜੀ ਕੋਠੀਆਂ ਨਹੀਂ ਮੰਗਦੇ ਕੋਠੇ ਮੰਗਦੇ ਆ ਕੋਠੇ ਦੇ ਦਿਓ ਸਾਨੂੰ ਫਲਿਚਾ ਦੇ ਦਿਓ ਤੇ ਉਦੋਂ ਕੀ ਹੁੰਦਾ ਇਹਦੇ ਨਾਲੋਂ ਕੀ ਜਦੋਂ 20000 ਰੁਪਇਆ ਬਚਦਾ ਆ ਇਹਨਾਂ ਕੋਲ ਖਰਚਾ ਕੱਢ ਕੇ ਤੇ ਇਹਦੇ ਨਾਲ ਕੀ ਹੋਣਾ ਉਹ ਤੋਂ ਬੈਂਕਾਂ ਦੇ ਵਿੱਚੋਂ 20 ਲੱਖ ਦਾ ਲੋਨ ਮਿਲ ਜੂਗਾ 20 ਲੱਖ ਦੀ ਕੋਠੀ ਬੜੀ ਵਧੀਆ ਪੈ ਜਾਂਦੀ ਪੈ ਜਾਂਦੀ ਕਿ ਨਹੀਂ ਪੈ ਜਾਂਦੀ ਪੈਂਦੀ ਹੈ ਨਾ ਉਹ ਪਿੱਛੇ ਕਿੰਨਾ ਬਚਿਆ ਵਿੱਚੋਂ ਤੇ 10000 ਕਿਸ਼ਤਾਂ ਕਰ ਦੋ ਤਾਂ ਵੀ 10000 ਰੁਪਏ ਬਚਦਾ ਉਹਦੇ ਵਿੱਚ ਉਹਨਾਂ ਦੇ 5000 ਰੁਪਏ ਬੱਚੇ ਦੀ ਪੜ੍ਹਾਈ ਦਾ ਖਰਚਾ ਕਰ ਦੋ ਤਾਂ ਵੀ 5000 ਰੁਪਏ ਉਹਨਾਂ ਕੋਲ ਬਚੂਗਾ ਮੈਂ ਕਹਿੰਦਾ ਲੋਕੀ ਇਹ ਚੀਜ਼ਾਂ ਮੰਗਣ ਇਹ ਲੋਕਾਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਲਾਈ ਜਾਂਦੇ ਆ ਚਰਨਜੀਤ ਸਿੰਘ ਚੰਨੀ ਲੈ ਲੈਂਦਾ ਲੋਹੇ 3 ਕਿਲੋ ਦੀ ਗੱਪ ਸੜਦਾ ਟਕੇ ਟਕੇ ਦੇ ਕਿਆ ਗੱਲ ਕਰਦਾ ਗੁਰਖੰਦ ਜਾਊਗਾ ਕੋਈ ਗੋੜ ਨੂੰ ਸੇਕ ਜ਼ਿਆਦੇ ਲੱਗਿਆ ਨਾ ਉਹ ਵਿਚਾਰ ਡਰਦਾ ਕਹਿੰਦਾ ਹਾਂਜੀ ਹਾਂਜੀ ਜ਼ਿਆਦੇ ਲੱਗ ਗਿਆ ਯਾਰ ਕਿਆ ਗੱਲ ਕਰਦਾ ਮੈਂ ਗੋੜ ਕੱਟਦਾ ਰਿਆਂ ਕਿਸੇ ਦਾ ਮੰਜਾ ਵੇਖ ਲਿਆ ਬੋਂਦਾ ਕਿਆ ਗੱਲ ਕਰਦਾ ਤੇ ਇਹਨੂੰ ਇੱਕ ਵਾਲ ਐ ਮਾਰਦੇ ਮਾਰ ਗਲਤੀ ਦਿੰਦਾ ਵਾਲ ਮੰਜੇ 'ਚ ਉਹ ਕਹਿੰਦਾ ਸੱਚੀ ਬਹੁਤ ਵਧੀਆ ਜੀ ਤੁਸੀਂ ਤਾਂ ਬੜਾ ਵਧੀਆ ਵਿਚਾਰ ਡਰਦਾ ਉਹਨੂੰ ਪਤਾ ਵੀ ਇੰਨੀ ਫੌਜ ਖੜੀ ਕਿਤੇ ਚੋਕ ਨਾ ਜਨ ਲੈਣ ਉਹ ਕਹਿੰਦਾ ਬਹੁਤ ਵਧੀਆ ਮੰਜਾ ਬੋਂਦਾ ਕਿਆ ਗੱਲ ਕਰਦਾ ਮੈਂ ਮੰਜੇ ਬੋਂਦਾ